ਤੇ ਨਜ਼ਾਰੇ ਲੈਣ ਜ਼ਿੰਦਗੀ ਦੇ। ਪਰ ਮੈਂ ਤਾਂ ਉਹਨਾਂ ਲਈ ਕਿਹਾ ਜਿਹੜੇ ਆਪਾਂ ਨੂੰ ਲਾ ਲਾ ਕੇ ਕਹਿੰਦੇ ਸੀ ਨਾ ਬਈ, ਕਿਉਂਕਿ ਸਿੱਧੀ ਗੱਲ ਹੈ ਯਾਰ, ਜਿੱਥੇ ਰਹਿੰਦੇ, ਜਿੱਥੇ ਮੇਰਾ ਘਰ ਆ, ਜਿੱਥੇ ਮੈਂ ਖਾਣਾ ਪੀਣਾ ਰਹਿੰਦਾ, ਮੈਂ ਉਸ ਚੀਜ਼ ਬਾਰੇ ਮਾੜਾ ਕਿਉਂ ਸੁਣੂੰਗਾ ਕਿਸੇ ਤੋਂ, ਹੈ ਨਾ। ਅਤੇ ਜਿਹੜੇ ਆਪਣੇ ਨਾਲ ਰਹਿ ਕੇ ਗਏ ਨੇ, ਗੱਲਾਂ ਕਰਕੇ ਬਹਿ ਕੇ, ਜਿਹਨਾਂ ਨੂੰ ਦਿਨ ਰਾਤ ਕੱਪੜੇ ਲੀੜੇ ਸਾਰਾ ਕੁਝ ਖਿਲਾਇਆ ਪਿਲਾਇਆ, ਸਾਡੀ ਇੱਕ ਥਾਲੀ ਚ ਖਾ ਕੇ ਗਏ ਨੇ, ਜਦੋਂ ਉਹ ਸਾਡੇ 'ਤੇ ਗੱਲਾਂ ਲਾਉਣਗੇ ਫਿਰ ਮੈਂ ਕਿਉਂ ਚੁੱਪ ਰਹਿੰਦਾ। ਜਿਹੜੇ ਜਿਹੜੇ ਬੰਦੇ ਸਾਡੇ ਨਾਲ ਖੇਡ ਖੜਾਈਆ ਕਰਨ ਦੀ ਸੋਚ ਰਹੇ ਹੋ, ਠੀਕ ਹੈ ਨਾ, ਕਰੋ ਜੀ ਸਦਕੇ ਕਰਿਓ, ਪਰ ਆਪਦੇ ਵਾਰੀ ਵੀਰੇ ਚੀਕ ਨਾ ਮਾਰਿਓ, ਕਿਉਂਕਿ ਫਿਰ ਅਸੀਂ ਵੀ ਨਵਜੀ ਦੱਬਾਂਗੇ ਜਦੋਂ ਦੱਬਣ ਤੇ। ਦੋਸਤੋ, ਸਿੱਧੂ ਮੂਸੇਵਾਲੇ ਦੁਆਰਾ ਹੋਮਲੈਂਡ ਗਾਣੇ ਵਾਲੀਆਂ ਲਾਈਨਾਂ ਦਾ ਪਹਿਲੀ ਵਾਰ ਸਿੰਘੇ ਨੇ ਸਾਹਮਣੇ ਆ ਕੇ ਜਵਾਬ ਦਿੱਤਾ। ਮੂਸੇਵਾਲੇ ਨੇ ਵੀ ਨਾਲ ਦੀ ਨਾਲ ਠੋਕੇ ਸਾਰੇ ਵਿਰੋਧੀ। ਪੂਰੀ ਖਬਰ ਇੱਥੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਦੀ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਦੇਖਿਆ ਗਿਆ ਕਿ ਮੂਸੇਵਾਲੇ ਦੇ ਇੰਡਸਟਰੀ ਵਿੱਚ ਕਈ ਨਵੇਂ ਵਿਰੋਧੀ ਵੀ ਪੈਦਾ ਹੁੰਦੇ ਰਹੇ ਹਨ ਤੇ ਵੱਖ ਵੱਖ ਤਰ੍ਹਾਂ ਦੀਆਂ ਖਬਰਾਂ ਇਹਨਾਂ ਬਾਰੇ ਆਉਂਦੀਆਂ ਰਹੀਆਂ ਤੇ ਇਹ ਸਿੱਧੂ ਨੂੰ ਜਵਾਬ ਦਿੰਦੇ ਰਹੇ ਤੇ ਉਧਰੋਂ ਮੂਸੇਵਾਲਾ ਤਾਂ ਕਿਸੇ ਦਾ ਜਵਾਬ ਸੁਣ ਕੇ ਬੈਠ ਜਾਣ ਵਾਲੇ ਵਿੱਚੋਂ ਦਿਖਾਈ ਹੀ ਨਹੀਂ ਦਿੰਦਾ। ਆਪਣੀ ਮੂਸਟੇਪ ਐਲਬਮ ਵਿੱਚ ਤਾਂ ਸਿੱਧੂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਸੀ ਤੇ ਵਾਰੀ ਵਾਰੀ ਸਭ ਨੂੰ ਜਵਾਬ ਵੀ ਦਿੱਤੇ ਸਨ, ਜਿਨ੍ਹਾਂ ਵਿੱਚ ਕੁਝ ਜਵਾਬ ਉਹਨਾਂ ਨੂੰ ਵੀ ਦਿੱਤੇ ਜੋ ਕਿ ਮੋਹਾਲੀ ਦੇ ਹੋਮਲੈਂਡ ਵਿੱਚ ਰਹਿੰਦੇ ਹਨ ਤੇ ਸਿੱਧੂ ਬਾਰੇ ਗਲਤ ਬੋਲਦੇ ਰਹੇ ਹਨ। ਤੇ ਇਸੇ ਗੱਲ ਤੇ ਉਦੋਂ ਵਿਵਾਦ ਪੈਦਾ ਹੋਇਆ ਜਦੋਂ ਸਿੰਘੇ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਸੀ, ਕਿਉਂਕਿ ਸਿੰਘਾ ਵੀ ਉੱਥੇ ਹੀ ਰਹਿੰਦਾ ਹੈ ਤੇ ਉਸਨੇ ਗੱਲ ਆਪਣੇ ਉੱਪਰ ਲੈ ਕੇ ਆਪਣੇ ਗਾਣੇ ਵਿੱਚ ਜਵਾਬ ਵੀ ਦਿੱਤਾ ਤੇ ਉੱਥੋਂ ਹੀ ਮੂਸੇਵਾਲੇ ਦੇ ਫੈਨ ਵੀ ਉਸਨੂੰ ਬੋਲਣ ਲੱਗੇ। ਇਸੇ ਗੱਲ ਤੇ ਸਿੰਘੇ ਵੱਲੋਂ ਇੱਕ ਤਾਜ਼ਾ ਵੀਡੀਓ ਵਿੱਚ ਜਵਾਬ ਦਿੱਤਾ ਗਿਆ ਕਿ ਉਸਨੇ ਕਿਉਂ ਉਸ ਗੱਲ ਦਾ ਜਵਾਬ ਦਿੱਤਾ ਸੀ, ਹਾਲਾਂਕਿ ਸਿੱਧੂ ਦਾ ਨਾਮ ਉਸਨੇ ਇੱਥੇ ਨਹੀਂ ਲਿਆ। ਅਸੀਂ ਇਹਨਾਂ ਲੋਕ ਸੋਚ ਲੈਂਦੇ ਕਿ ਉਹਦੇ ਲਈ ਗਾਈ ਗਈ ਆ, ਮੈਂ ਕਿਉਂ ਗਾਊਂਗਾ ਯਾਰ ਕਿਸੇ ਲਈ, ਮੈਨੂੰ ਕੀ ਲੋੜ ਪਈ ਆ, ਮੈਂ ਤਾਂ ਉਹਦੇ ਲਈ ਗਾਈ ਆ ਜਿਹੜੇ ਮੈਨੂੰ ਉਹ ਗਾਣਾ ਸੁਣਾ ਰਹੇ ਸੀ। ਮੈਂ ਤਾਂ ਉਹਨਾਂ ਨੂੰ ਜਵਾਬ ਦਿੱਤਾ ਨਾ ਜਿਹੜੇ ਉਸ ਗਾਣੇ 'ਤੇ ਰਹਿੰਦੇ ਵੀ ਨਹੀਂ, ਉੱਥੇ ਫੀਲਿੰਗਾਂ ਬਿਨਾਂ ਵਜ੍ਹਾ ਤੋਂ ਲਈ ਜਾਂਦੇ ਨੇ। ਮੈਂ ਤਾਂ ਉਹਨਾਂ ਨੂੰ ਦੱਸਿਆ ਕਿ ਉੱਥੇ ਉਹ ਨਹੀਂ ਹੈ, ਉੱਥੇ ਮੌਤ ਦੇ ਵਪਾਰੀ ਵੀ ਰਹਿੰਦੇ ਆ। ਮੈਂ ਤਾਂ ਇਹ ਦੱਸਿਆ ਨਾ, ਹੁਣ ਗਲਤ ਲੈ ਕੇ ਜਾਣਾ ਜਿਹਨੂੰ ਮੈਂ ਬਹੁਤ ਜੀ ਸਦ ਕੇ ਲਈ ਜਾਣ, ਮੈਨੂੰ ਫਰਕ ਵੀ ਨਹੀਂ ਪੈਂਦਾ ਨਾ, ਅਤੇ ਨਜ਼ਾਰੇ ਲੈਣ ਜ਼ਿੰਦਗੀ ਦੇ। ਪਰ ਮੈਂ ਤਾਂ ਉਹਨਾਂ ਲਈ ਕਿਹਾ ਜਿਹੜੇ ਆਪਾਂ ਨੂੰ ਲਾ ਲਾ ਕੇ ਕਹਿੰਦੇ ਸੀ ਨਾ ਬਈ, ਕਿਉਂਕਿ ਸਿੱਧੀ ਗੱਲ ਹੈ ਯਾਰ, ਜਿੱਥੇ ਰਹਿੰਦੇ, ਜਿੱਥੇ ਮੇਰਾ ਘਰ ਆ, ਜਿੱਥੇ ਮੈਂ ਖਾਣਾ ਪੀਣਾ ਰਹਿੰਦਾ, ਮੈਂ ਉਸ ਚੀਜ਼ ਬਾਰੇ ਮਾੜਾ ਕਿਉਂ ਸੁਣੂੰਗਾ ਕਿਸੇ ਤੋਂ, ਹੈ ਨਾ। ਅਤੇ ਜਿਹੜੇ ਆਪਣੇ ਨਾਲ ਰਹਿ ਕੇ ਗਏ ਨੇ, ਗੱਲਾਂ ਕਰਕੇ ਬਹਿ ਕੇ, ਜਿਹਨਾਂ ਨੂੰ ਦਿਨ ਰਾਤ ਕੱਪੜੇ ਲੀੜੇ ਸਾਰਾ ਕੁਝ ਖਿਲਾਇਆ ਪਿਲਾਇਆ, ਸਾਡੀ ਇੱਕ ਥਾਲੀ 'ਚ ਖਾ ਕੇ ਗਏ ਨੇ, ਜਦੋਂ ਉਹ ਸਾਡੇ 'ਤੇ ਗੱਲਾਂ ਲਾਉਣਗੇ ਫਿਰ ਮੈਂ ਕਿਉਂ ਚੁੱਪ ਰਹਿੂੰਗਾ, ਹੈ ਨਾ। ਮੈਂ ਕਿਸੇ ਨੂੰ ਟਾਰਗੇਟ ਕਰਨਾ, ਅਗਲਾ ਕੰਮ ਕਰਦਾ ਆਪਣਾ ਕਰੇ ਨਜ਼ਾਰੇ ਲਵੇ ਜ਼ਿੰਦਗੀ ਦੇ, ਹੈ ਨਾ। ਹਰੇਕ ਬੰਦੇ ਦਾ ਆਪਣਾ ਟਾਈਮ ਹੁੰਦਾ, ਅਸੀਂ ਵੀ ਕਰਦੇ ਹਾਂ, ਵਾਹਿਗੁਰੂ ਨੇ ਦਿੱਤਾ ਹੈ, ਜੇ ਮਿਹਨਤ ਕੀਤੀ ਆ, ਅਸੀਂ ਵੀ ਇੱਥੇ ਕਿਸੇ ਮੁਕਾਮ 'ਤੇ ਬੈਠੇ ਹਾਂ, ਅਗਲਾ ਵੀ ਵਧੀਆ ਯਾਰ ਨਾ ਆਪਣਾ, ਹੈ ਨਾ, ਸਾਰੇ ਇੰਨਾ ਪਿਆਰ ਕਰਦੇ ਨੇ ਮੇਰੇ ਖਿਆਲ 'ਚ, ਮੈਨੂੰ ਪਤਾ ਨਾ ਸਟਰਗਲ ਕਰਕੇ ਧੱਕੇ ਖਾ ਕਿੱਥੇ ਪਹੁੰਚਦਾ। ਇਸ ਤੋਂ ਬਿਨਾਂ ਜੇਕਰ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਤਾਂ ਉਹ ਵੀ ਆਪਣੇ ਵਿਰੋਧੀਆਂ ਤੋਂ ਕੁਝ ਵੀ ਸੁਣ ਕੇ ਬੈਠ ਜਾਣ ਵਾਲਿਆਂ ਵਿੱਚੋਂ ਦਿਖਾਈ ਨਹੀਂ ਦਿੰਦਾ। ਕਈ ਵਾਰ ਉਹ ਬੋਲ ਕੇ ਜਾਂ ਆਪਣੇ ਲਾਈਵ ਸ਼ੋਅ ਵਿੱਚ ਜਵਾਬ ਦਿੰਦਾ ਦਿਖਾਈ ਦਿੰਦਾ, ਤੇ ਹੁਣ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਜਵਾਬ ਦਿੱਤਾ। ਸਿੱਧੂ ਨੇ ਲਿਖਿਆ, ਅਸੀਂ ਆਪਣੇ ਮਾਲਕ ਦੇ ਸਹਾਰੇ ਉੱਡਦੇ ਹਾਂ ਮਿੱਤਰਾ, ਤੇਰੇ ਵਰਗਿਆਂ ਦੇ ਸਿਰ ਤੇ ਨਾ ਕਦੇ ਸੀ ਤੇ ਨਾ ਕਦੇ ਹੋਣਾ। ਇਸੇ ਤੇ ਹੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਇਹ ਜਵਾਬ ਸਿੱਧੂ ਨੇ ਸਿੰਘੇ ਨੂੰ ਦਿੱਤਾ ਜਾਂ ਫਿਰ ਬਿਗ ਬਰਡ ਨੂੰ, ਕਿਉਂਕਿ ਦੋਵਾਂ ਨਾਲ ਹੀ ਇਸ ਸਮੇਂ ਸਿੱਧੂ ਦੀ ਕੁਝ ਖਾਸ ਨਹੀਂ ਹੈ ਤੇ ਅਲੱਗ ਹੋ ਕੇ ਕੰਮ ਕਰ ਰਿਹਾ। ਜਿਹੜੇ ਜਿਹੜੇ ਬੰਦੇ ਸਾਡੇ ਨਾਲ ਖੇਡ ਖੜਾਈਆ ਕਰਨ ਦੀ ਸੋਚ ਰਹੇ ਹੋ, ਠੀਕ ਹੈ ਨਾ, ਕਰੋ ਜੀ ਸਦਕੇ ਕਰਿਓ, ਪਰ ਆਪਦੇ ਵਾਰੀ ਵੀਰੇ ਚੀਕ ਨਾ ਮਾਰਿਓ, ਕਿਉਂਕਿ ਫਿਰ ਅਸੀਂ ਵੀ ਨਵਜੀ ਦੱਬਾਂਗੇ ਜਦੋਂ ਦੱਬਣ ਤੇ। ਪਰ ਦੋਸਤੋ, ਤੁਹਾਨੂੰ ਕੀ ਲੱਗਦਾ ਕਿ ਮੂਸੇਵਾਲੇ ਦੇ ਸੈਟੀਸਫਾਈ ਗਾਣੇ ਵਿੱਚ ਕਿਸ ਕਿਸ ਵਿਰੋਧੀ ਨੂੰ ਜਵਾਬ ਦਿੱਤਾ ਹੋ ਸਕਦਾ ਹੈ, ਇਸ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।